जी सारे प्यार भरी सत श्री अकाल जी। तो अज लैके आए आप थोड़े लिए नवी वीडियो है ना। तो अज आप पहुंचे सरहद पंजाब मशीन टूल्स वाले है ना। तो अपने नाल बाई होनी ने आप इंट्रोडक्स कराने सत श्रीकाल जी। तो वीर होनी आप सारा कुछ दसनगे है ना भी किदा दिन मशीन बन गई ने है ना। तो की मटीरियल वगैरह है ना सारा सारी मैनुफैक्चरिंग बारे सारे साइज वगैरह। तो बाकी जे तुम मशीन वगैरह लेनी इन्हों जरूर कॉन्टैक्ट करो सारी तुम्हें डिटेल दें आप। तो मशीन भी दिखाने है ना सारा इन्हों का एड्रैस वगैरह भी दसांगे। तो बाकी आप बाई जी होनी दसनगे हूँ आप मशीन देखने 13 इंची या 10 इंची जो भी है दिखाने है ना मशीन देखने। तो सारा कुछ तुम्हें दिखावे भी कि मटीरियल लगे हुए की गलबात है चला के भी दिखावे गेज गूज करके टोटली थोड़ा दसना भी कि इतने मशीन करनी बनती है। तो वैसे तो बनती वधिया ही है सानू पता ही है ना तुहानू भी चलो दसी है ना कि ना की गलबात है। तो आ जाओ आप देखिए आ जाओ मेरे दिखाओ आप मल्टीपर्पस प्लैनर तकरीबन 9 तरह के अपने काम कर सकते हैं। हाँ जी अच्छा 9 तरह के काम होंगे ना ਉਹਦੇ ਵਿੱਚ ਸਰਫੇਸ ਹੋ ਗਿਆ ਉੱਪਰ ਸਰਫੇਸ ਗਰੇਜ ਹੋ ਗਿਆ ਇੱਥੇ ਆਪਣਾ ਸਾਈਡ ਕਟਾ ਉੱਥੇ ਆਪਣੀ ਡ੍ਰਿਲਿੰਗ ਮੋਲਡਿੰਗ ਠੀਕ ਹੈ ਵੀ ਗਰੂਪਿੰਗ ਦਾ ਕੰਮ ਲੈਣਾ ਠੀਕ ਹੈ ਚੀਰੀ ਕਟਰ ਹੋ ਗਿਆ ਠੀਕ ਹੈ ਬਲੇਡਾਂ ਨੂੰ ਧਾਰ ਲਾਉਣੀ ਆ ਉਹ ਸਾਰੇ ਕੰਮ ਆਪਾਂ ਇਹਦੇ ਉੱਪਰ ਕਰ ਸਕਦੇ ਆ ਇੱਥੇ ਚੂਲ ਵਗੈਰਾ ਦਾ ਕੰਮ ਚੂਲ ਚੂਲਾ ਚੌਂਕ ਦਾ ਕੰਮ ਇਹ ਚੱਲਦਾ ਸੀਗਾ ਠੀਕ ਹੈ ਇਹ 13 ਇੰਚ ਤੋਂ ਪੂਰਾ 55 ਇੰਚ ਲੰਬਾ ਦਾ ਸਾਹਮਣੇ ਵਾਲਾ ਟੇਬਲ ਆ ਇੱਥੇ 55 ਇੰਚ ਲੰਬਾ ਟੇਬਲ ਆ ਹੈਡ ਲੋਡਰ ਨੂੰ ਕਹਿੰਦੇ 13 ਨਾ ਇਹ 13 ਇੰਚ ਇੱਧਰ ਨੂੰ ਇਹ ਆਪਾਂ ਕੋਈ ਵੀ ਸਾਈਜ਼ ਦਾ ਤੁਸੀਂ ਤੁਹਾਨੂੰ ਅਸੀਂ 6 ਇੰਚ ਤੋਂ ਲੈ ਕੇ 24 ਇੰਚ ਤੱਕ ਦੇ ਹਾਂ 24 ਇੰਚ ਤੱਕ ਤਿਆਰ ਹੋ ਜਾਂਦਾ 24 ਇੰਚ ਤੱਕ ਦੇ ਅਸੀਂ ਤਿਆਰ ਕਰਕੇ ਦੇ ਰਹੇ ਆ ਠੀਕ ਹੈ ਠੀਕ ਹੈ ਜੇ ਇਹਦੇ ਵਿੱਚੋਂ 13 ਇੰਚ ਚੌੜੀ ਲੱਕੜ ਨਿਕਲੂਗੀ ਪੂਰੀ ਤੇ ਖੜੀ ਲੱਕੜ 9 ਇੰਚ ਪਲੱਸ ਹਾਂਜੀ 9 ਇੰਚ ਖੜੀ ਨਿਕਲੂਗੀ ਪਲੱਸ ਖੜੀ 9 ਇੰਚ ਪੂਰੀ ਨਿਕਲ ਜਾਂਦੀ ਹੈ मोटर जी थोड़े को सिंगल फेस कनैक्शन है थ्री फेस कनैक्शन है लग जाती है तो मोटर की कीमत ए लैदा होंगी है मोटर नाल नहीं होंगी और कस्टमर को कुछ अपनी मोटर जी रेट है विदाउट मोटर विदाउट मोटर रेट मोटर अगले की प्राइस होंगी है भी लगा सकते हैं। हाँ जी वीर हुणां नूं होर भी बहुत मॉडल ने है ना जिवें आ दिखाया यह है 58 इंच इधरों 13 इंची चौड़ा है ना। तो बाकी भाई हुणी आपां नूं होर दिखा रहे हैं मशीन। तो ये देखो सलां वाला सारा सिस्टम लग्या होया तुसीं देख सकदे हो ते भी तुहानूं चला के दिखाउणी ते पहले मशीन दिखा दे मड़ी ये मशीन सेम आ सारा कुछ सेम है इहदे विच इहदी इक एक्स्ट्रा है ये चेन लाई भी असीं इहदे विच जे आपां अलग तो चेन मशीन लैंदे आ ਤਾਂ ਉਹ 50 ਪਲੱਸ ਪੈਂਦੀ ਹੈ 55-55 ਹਜ਼ਾਰ ਦੀ ਚੇਨ ਮਸ਼ੀਨ ਆ ਉਹ ਅਸੀਂ ਆਈ ਰੰਗੇ ਦੇ ਮਸ਼ੀਨ ਵਿੱਚ ਚੇਨ ਲਾਤੀ ਜਿਵੇਂ ਇੱਕ ਮਸ਼ੀਨ ਦੂਜੀ ਲਾ ਕੇ ਜਾਣੀ ਬੜੀ ਔਖੀ ਆ ਬੜੀ ਵੱਡੀ ਮਸ਼ੀਨ ਹੁੰਦੀ ਆ ਇਹ ਇੱਕੋ ਜਗ੍ਹਾ ਤੋਂ ਆਪਾਂ ਦੋਨੋਂ ਮਸ਼ੀਨਾਂ ਚੱਲ ਜਾਂਦੀਆਂ ਦੋ ਮਸ਼ੀਨਾਂ ਨੇ ਕੀ ਇੱਕ ਤਾਂ ਇਹਦਾ ਖਰਚਾ ਬੜਾ ਘੱਟ ਜਾਂਦਾ ਮਸ਼ੀਨ ਦਾ ਲੈਦਾ ਮਸ਼ੀਨ ਲੈਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਕੰਮ ਇਹਨੇ ਉਨਾ ਹੀ ਕਰਨਾ ਜਿੰਨਾ ਵੱਡੀ ਮਸ਼ੀਨ ਕਰਦੀ ਆ ਤੇ ਇਸ ਨੂੰ ਅਸੀਂ ਚਲਾ ਕੇ ਵੀ ਦਿਖਾ ਦਿੰਨੇ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਈ ਹੁਣਾਂ ਲਵੇ ਪਹੁੰਚੇ ਹੋਏ ਆ ਤੇ ਤੁਹਾਨੂੰ ਸੱਲਾਂ ਵਾਲਾ ਸਿਸਟਮ ਚਲਾ ਕੇ ਦਿਖਾਉਣੇ ਆ ਇਹ ਵੀ ਮਸ਼ੀਨ 13 ਇੰਚੀ ਹੈਗੀ ਪਹਿਲੇ ਸੱਲਾਂ ਵਾਲਾ ਸਿਸਟਮ ਲੱਗਿਆ ਹੋਇਆ ਉਹਦੇ ਲੱਗਿਆ ਨਹੀਂ ਹੋਇਆ ਸੀਗਾ ਤੇ ਬਾਕੀ ਟੂਲ ਵਗੈਰਾ ਜਿਹੜਾ ਵੀ ਹੈਗਾ ਸਾਰਾ ਤੁਹਾਨੂੰ ਦਿਖਾਵਾਂਗੇ ਅਸੀਂ ਹੈਨਾ ਤੇ ਆ ਦੇਖੋ ਸਾਰਾ ਟੂਲ ਵਗੈਰਾ ਤੁਹਾਨੂੰ ਦੱਸਾਂਗੇ ਟੂਲ ਪਿਆ ਉਧਰ ਉਹ ਬਾਈ ਲੈ ਕੇ ਆਉਂਦਾ ਤੁਹਾਨੂੰ ਦੱਸਾਂਗੇ ਵੀ ਕੀ ਨਾਲ ਮਿਲਦਾ ਹੈਨਾ ਤੇ ਬਾਕੀ ਰੇਟ ਵਗੈਰਾ ਤੁਸੀਂ ਉਹਨਾਂ ਨਾਲ ਕਨਫਰਮ ਕਰ ਸਕਦੇ ਹੋ ਹੈਨਾ ਫੋਨ ਨੰਬਰ ਵਗੈਰਾ ਸਾਰਾ ਕੁਝ ਤੁਹਾਨੂੰ ਦੇ ਦਾਂਗੇ
ਤੁਸੀਂ ਦੇਖ ਸਕਦੇ ਹੋ ਵੀ ਸਰਾਖ ਜਿਹੜਾ ਮਾਰਿਆ ਆਪਾਂ ਹਨਾ ਸੱਲ ਪਾਏ ਨੇ ਦੇਖੋ ਬਿਲਕੁਲ ਕਲੀਅਰ ਕੋਈ ਐ ਨਹੀਂ ਹੈਗਾ ਵੀ ਫਰਕ ਹੋਊਗਾ ਦੇਖੋ ਬਿਲਕੁਲ ਸਕੇਅਰ ਆ ਹਨਾ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਉੱਪਰ ਦੀ ਰੰਦਾ ਲਾ ਕੇ ਦਿਖਾਉਣੇ ਹੋਣਾ ਜੀ ਤੇ ਬਾਈ ਹੁਣੀ ਤੁਹਾਨੂੰ ਹੁਣ ਮਸ਼ੀਨ ਆ ਉੱਪਰ ਦੀ ਰੰਦਾ ਵਗੈਰਾ ਹਨਾ ਲਾ ਕੇ ਦਿਖਾਉਣਗੇ ਤੇ ਧਾਰ ਧੁਰ ਬਿਲਕੁਲ ਐਨ ਸਿੱਧੀ ਪੂਰੀਆਂ ਬਹੁਤ ਹੈਵੀ ਮਸ਼ੀਨਾਂ ਬਣਦੀਆਂ ਨੇ ਉਰੇ ਤੇ ਤਾਂ ਹੀ ਤੁਹਾਨੂੰ ਦਿਖਾਉਣ ਲਿਆਏ ਆ ਵੀ ਹਨਾ ਚਲੋ ਆਪਣੇ ਵੀਰ ਭਾਈਆਂ ਦਾ ਕਿਸੇ ਦਾ ਫਾਇਦਾ ਹੋ ਜੇ ਹਨਾ ਚੀਜ਼ ਵਧੀਆ ਮਿਲ ਜੇ ਕਿਉਂਕਿ ਪਰੇਸ਼ਾਨੀ ਬਹੁਤ ਹੁੰਦੀ ਆ ਤੇ ਆਹ ਦੇਖੋ ਬਾਈ ਹੁਣੀ ਲਾ ਰਹੇ ਨੇ ਰੰਦਾ ਆਪਾਂ ਟੂਲ ਵਗੈਰਾ ਬਣਾਉਣੇ ਹਨਾ ਮਸ਼ੀਨ ਨਾਲ ਕਿਹੜੇ ਕਿਹੜੇ ਟੂਲ ਮਿਲਦੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਆਹ ਵਾਲੇ ਟੂਲ ਇਹ ਟੂਲ ਨੇ ਇਹ ਸਾਰੇ ਟੂਲ ਅਸੀਂ ਮਸ਼ੀਨ ਦੇ ਨਾਲ ਦਵਾਂਗੇ ਤੁਹਾਨੂੰ ਠੀਕ ਹੈ ਵੀਰੇ ਇਹ 14-15 ਤਰ੍ਹਾਂ ਦੇ ਡਾਇਮੰਡ ਦੇ ਟੂਲ ਨੇ ਸਾਰੇ ਜਿਹੜੇ ਅਸੀਂ ਤੁਹਾਨੂੰ ਮਸ਼ੀਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਨਾ ਬਿੱਟ ਵਾਲੇ ਨੇ ਸਾਰੇ ਤਕਰੀਬਨ ਮੋਲਡਿੰਗ ਕਟਰ ਜਾਂ ਹੋ ਗਿਆ ਉਹ ਚਿਰੀ ਕਟਰ ਹੋ ਗਿਆ ਨਾਲ ਕਾਰੀ ਦਾ ਕਟਰ ਆ ਵਧੀਆ ਤੇ ਤਕਰੀਬਨ ਸਾਰਾ ਫੁੱਲ ਸਮਾਨ ਵੀ ਇਹੋ ਜੀ ਗੱਲ ਨਹੀਂ ਹੈ ਨਾ अपने लकड़ तीन मशीन लगदिया ने जिहड़ियां सारियां इको दे विच ने आरी ते चैन आरी सारियां मशीन ये इको मोटर दे नाल चलणगियां तीनों मशीन ਇਹਦੇ ਨਾਲ ਇੱਕੋ ਮੋਟਰ ਨਾਲ ਆਰੀ ਚੱਲੂ ਬੈਂਡਸਾ ਆਪਣਾ ਚੇਨ ਚੱਲੂ ਤੇ ਪਲੈਨਰ ਚੱਲੂਗਾ ਇਹ ਸਾਰੀਆਂ ਇੱਕੋ ਉਹਦੇ ਨਾਲ ਮੋਟਰ ਨਾਲ ਤਿੰਨੋਂ ਮਸ਼ੀਨਾਂ ਚੱਲਣਗੀਆਂ ਇਹਦੀ ਮਸ਼ੀਨ ਅਸੀਂ ਤੁਹਾਨੂੰ ਦੇਵਾਂਗੇ ਇਹਦੀ ਪੂਰੀ ਮਤਲਬ ਇੱਕ ਨੰਬਰ ਮਸ਼ੀਨ ਹੋਊਗੀ ਕੋਈ ਇਹਦੇ 'ਚ ਕੰਪਲੇਂਟ ਵਗੈਰਾ ਕੋਈ ਕੁਝ ਨਹੀਂ ਇਹਨੂੰ 3-in-1 ਆਪਾਂ ਮੋਡਲ ਥੋੜ੍ਹਾ ਜਿਹਾ ਇਹਦਾ ਕੰਮ ਚੱਲ ਰਿਹਾ ਹੈ ਨਾ ਥੋੜ੍ਹਾ ਰਹਿੰਦਾ ਅਤੇ ਤੁਸੀਂ ਦੇਖ ਸਕਦੇ ਮਸ਼ੀਨ ਪੂਰੀ ਘੈਂਟ ਆ ਹਨਾ ਕਾਰਖਾਨਾ ਹੀ ਆ ਬਾਈ ਨੇ ਸਹੀ ਗੱਲ ਕਹੀ ਹੈ ਇਹਦੇ ਉੱਤੇ ਸਾਰੇ ਕੰਮ ਹੋ ਜਾਣਗੇ ਦੇਖੋ ਆਰੀ ਲੱਗੀ ਹੋਈ ਹੈ ਹਨਾ ਇੱਧਰ ਪਤਾਮ ਤੋਂ ਵਾਸਤੇ ਉੱਧਰ ਸੱਲਾਂ ਵਾਸਤੇ ਗੇਅਰ 13-in-9 ਗੇਜ ਹੋ ਸਕਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਬਾਈ ਹੁਣਾਂ ਨੇ ਆਪਾਂ ਨੂੰ 3-4 ਹਨਾ ਤਰ੍ਹਾਂ ਦੀਆਂ ਮਸ਼ੀਨਾਂ ਦਿਖਾਤੀਆਂ ਹਨਾ ਤੇ ਹੁਣ ਆਪਾਂ ਤੁਹਾਨੂੰ ਬਾਈ ਹੁਣਾਂ ਦਾ ਐਡਰੈਸ ਵਗੈਰਾ ਲੈ ਕੇ ਦਿੰਦੇ ਹਾਂ ਸਾਰਾ ਅਤੇ ਬਾਕੀ ਰੇਟ ਵਗੈਰਾ ਕਨਫਰਮ ਤੁਸੀਂ ਫੋਨ 'ਤੇ ਹੀ ਕਰ ਲਿਓ ਹਨਾ ਕਿਉਂਕਿ ਐਂ ਵੀ ਕਈ ਵਾਰੀ ਰੇਟ ਘੱਟ ਵੱਧ ਜਾਂਦਾ ਲੋਹੇ ਦਾ ਜਾਂ ਕੋਈ ਹੋਰ ਚੀਜ਼ ਹਨਾ ਮਟੀਰੀਅਲ ਅਤੇ ਹੁਣ ਆਪਾਂ ਤੁਹਾਨੂੰ ਐਡਰੈਸ ਵਗੈਰਾ ਦੇ ਦਈਏ ਬਾਈ ਆਪਣਾ ਇੱਕ ਵਾਰੀ ਐਡਰੈਸ ਬੋਲ ਦਿਓ ਸਾਡਾ ਐਡਰੈਸ ਆ ਜ਼ਿਲ੍ਹਾ ਸਾਡਾ ਫਤਿਹਗੜ੍ਹ ਸਾਹਿਬ ਸਿਟੀ ਸਰਹੰਦ ਠੀਕ ਹੈ ਪੰਜਾਬ ਦੇ ਵਿੱਚ ਪੈਂਦਾ ਅਤੇ ਆਪਣਾ ਨੀਅਰ ਕੁਮਾਰ ਸਵੀਟਸ ਅਤੇ ਵਿਸ਼ਕਰਮਾ ਚੌਂਕ
पंजाब मशीन टूल साडा कॉन्टैक्ट नंबर है 9914373591 ₹41,000 ਜੇ ਬਾਈ ਚਾਂਸ ਕਸਟਮਰ ਦੀ ਡਿਮਾਂਡ ਹੋਵੇ ਵੀ 10 ਇੰਚ ਜਾਂ ਉਹਦੇ ਹਿਸਾਬ ਨਾਲ ਮਸ਼ੀਨ ਤਿਆਰ ਹੋ ਜਾਂਦੀ ਆ ਉਹ ਸਾਈਜ਼ ਜਿਹੜਾ ਤੁਸੀਂ ਕਹੋਗੇ ਤੇ ਸਾਨੂੰ 20 ਪਲੱਸ 20 ਤੋਂ ਵੱਧ ਦਿਨ ਦਾ ਟਾਈਮ ਚਾਹੀਦਾ ਠੀਕ ਹੈ ਹਰ ਇੱਕ ਮਸ਼ੀਨ ਤੇ ਮਤਲਬ ਆਰਡਰ ਤੇ ਬਾਈ ਹੁਣੀ ਕਹਿ ਰਹੇ ਨੇ 20 ਦਿਨ ਲੱਗਣਗੇ ਹਨਾ ਜੇ ਤੁਸੀਂ ਆਰਡਰ ਤੇ ਮਸ਼ੀਨ ਤਿਆਰ ਕਰਾਉਣੀ ਆ ਆਲ ਇੰਡੀਆ ਸਰਵਿਸ ਠੀਕ ਹੈ ਜੀ ਤੇ ਇਹਨਾਂ ਦੀ ਸਰਵਿਸ ਵਗੈਰਾ ਆਲ ਇੰਡੀਆ ਹਨਾ ਤੁਸੀਂ ਕਿਤੇ ਵੀ ਇਹ ਆਪਣੀ ਮਸ਼ੀਨ ਵਗੈਰਾ ਮੰਗਾ ਸਕਦੇ ਹੋ ਜਿਹੜਾ ਸਾਡਾ ਮਤਲਬ ਜੇ ਕੋਈ ਦੂਜੀ ਸਟੇਟ ਤੋਂ ਅਸੀਂ ਸਾਡੇ ਕੋਲ ਆਰਡਰ ਆਉਂਦਾ ਠੀਕ ਹੈ ਜੀ ਤਾਂ ਉਹਦੇ ਵਿੱਚ ਅਸੀਂ 60% ਪੇਮੈਂਟ ਪਹਿਲਾਂ ਲੈਂਦੇ ਆ ਠੀਕ ਹੈ 40% ਮਸ਼ੀਨ ਅਗਲਾ ਦੇਖ ਕੇ ਉੱਥੇ ਟਰਾਂਸਪੋਰਟ ਤੇ 40% ਪੇਮੈਂਟ ਪਾ ਸਕਦਾ ਬੁਕਿੰਗ ਤੇ ਮਸ਼ੀਨ ਜਾਊਗੀ ਘੱਟੋ ਘੱਟ 20 ਦਿਨ ਦਾ ਸਾਨੂੰ ਟਾਈਮ ਚਾਹੀਦਾ ਠੀਕ ਹੈ ਤੇ ਲਓ ਜੀ ਆਪਾਂ ਵੀਡੀਓ ਇੱਥੇ ਕਰਦੇ ਆ ਬੰਦ ਹਨਾ ਬਾਈ ਉਹਨਾਂ ਦਾ ਨੰਬਰ ਵਗੈਰਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਸਾਰਾ ਐਡਰੈਸ ਵਗੈਰਾ ਸਾਰਾ ਕੁਝ ਲਿਖ ਕੇ ਪਿਓਰ ਪੰਜਾਬੀ 'ਚ ਲਿਖ ਦਾਂਗੇ ਹਨਾ ਇੰਗਲਿਸ਼ 'ਚ ਵੀ ਲਿਖ ਦਾਂਗੇ ਚਲੋ ਜਿਹੜੇ ਆਪਣੇ ਇੱਧਰ ਕੇਰਲਾ ਸਾਈਡ ਦੇ ਬੰਦੇ ਦੇਖਦੇ ਨੇ ਵੀਡੀਓ ਵਗੈਰਾ ਸਾਰਾ ਉਹਨਾਂ ਨੂੰ ਪਤਾ ਲੱਗ ਜੇ ਹਨਾ ਹਿੰਦੀ 'ਚ ਵੀ ਲਿਖ ਦਾਂਗੇ ਹੋਰ ਦੱਸੋ ਤੇ ਸਾਰਾ ਐਡਰੈਸ ਵਗੈਰਾ ਨੰਬਰ ਵਗੈਰਾ ਉੱਥੇ ਦੇ ਦਾਂਗੇ ਤੇ ਇੱਕ ਵਾਰੀ ਬਾਈ ਉਹਨਾਂ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਆ ਬੰਦ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਲਓ ਜੀ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਹੈ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਬਾਈ ਉਹਨਾਂ ਨਾਲ ਕੰਟੈਕਟ ਕਰਦੇ ਹੋ ਜਾਂ ਇਹਨਾਂ ਦੀ ਫੈਕਟਰੀ 'ਚ ਇੱਥੇ ਆਉਂਦੇ ਹੋ ਹਨਾ ਵਿਜ਼ਿਟ ਕਰਦੇ ਹੋ ਤਾਂ ਬਾਈ ਹੁਣੀ ਤੁਹਾਨੂੰ ਜ਼ਰੂਰ ਡਿਸਕਾਊਂਟ ਦੇਣਗੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਸੋ ਸਾਨੂੰ ਉਮੀਦ ਆ ਵੀ ਤੁਸੀਂ ਜ਼ਰੂਰ ਆਓਗੇ ਹਨਾ ਇਹਨਾਂ ਲਵੇ ਜੋ ਵੀ ਹੈ ਤੁਸੀਂ ਸਾਰਾ ਦੇਖ ਕੇ ਮਸ਼ੀਨ ਵਗੈਰਾ ਪੂਰੀ ਤਸੱਲੀ ਨਾਲ ਪੂਰੀ ਘੈਂਟ ਆਈਟਮ ਹੁੰਦੀ ਆ ਸਾਰੀ ਤੁਹਾਨੂੰ ਵੀਡੀਓ ਦਿਖਾਤੀ ਅਤੇ ਇੱਕ ਵਾਰੀ ਇਹਨਾਂ ਲਵੇ ਜ਼ਰੂਰ ਪਹੁੰਚੋ ਜੀ ਓਕੇ ਜੀ ਥੈਂਕ ਯੂ